ਏ ਬਜ਼ੁਰਗ ਨੇ ਜਿਨ੍ਹਾਂ ਦੇ ਨਾਲ ਉਹ ਸਾਰੀ ਚੀਜ਼ ਹੋਈ ਸੀਗੀ ਜਿਨ੍ਹਾਂ ਨੂੰ ਧੱਕਾ ਮਾਰਿਆ ਅਸੀਂ ਚਲੇ ਗਏ ਸਾਨੂੰ ਜਾ ਕੇ ਕਹਿੰਦੇ ਥੱਲੇ ਚਲੋ ਧੱਕੇ ਮਾਰ ਲਗੇ ਮੈਂ ਕਿਹਾ ਵੀ ਧੱਕੇ ਨਾ ਮਾਰੋ ਅਸੀਂ ਉੱਤਰ ਜਾਨੇ ਆ ਧੱਕਾ ਸਰਦਾਰ ਦੀ ਦਮਾਲਾ ਸਜਾਇਆ ਦੀ ਦਾੜਾ ਸਜਾਇਆ ਦੀ ਉਹ ਤੇ ਪ੍ਰਕਾਸ਼ ਦੀ ਦਾੜਾ ਸਾਨੂੰ ਨੇ ਪਹਿਲਾਂ ਧੱਕਾ ਮਾਰਿਆ ਤਿੰਨ ਬੰਦੇ ਰੋਡਾਂ ਸਾਨੂੰ ਦੋਏ ਪੇਪਾ ਤੋਂ ਧੱਕਾ ਮਾਰਿਆ ਮੇਰੀ ਪੱਗ ਲਈ ਫਿਰ ਉਹ ਤਾਂ ਬਾਅਦ ਡਰਦਾ ਗੁਲਾਬ ਸਿੱਧੂ ਸਟੇਜ ਛੱਡ ਕੇ ਵਿੱਚ ਉਹਦੇ ਬੌਂਸਰ ਜਿਹਦੇ ਭੱਜ ਗਏ ਫੇਰ ਲਾਤੂ ਨੇ ਘੰਟਾ ਪਹਿਲਾਂ ਇੱਕ ਪੋਸਟ ਪਾਈ ਜਿਸ ਦੇ ਵਿੱਚ ਲਿਖਿਆ ਕਿ ਜੋ ਕੁਝ ਰਾਤ ਹੋਇਆ ਉਹ ਬਹੁਤ ਗਲਤ ਹੋਇਆ ਤੇ ਬਾਪੂ ਜੀ ਮੈਂ ਤੁਹਾਡੇ ਨਾਲ ਖੜਾ ਉਹ ਐਵੇਂ ਲਿਖ ਰਹੇ ਨੇ ਕਿ ਤੁਹਾਡੇ ਨਾਲ ਖੜਾ ਜੇ ਉਹ ਖੜਦਾ ਸਾਡੇ ਨਾਲ ਆ ਫਿਰ ਡਰ ਕੇ ਭੱਜਿਆ ਘਾ ਤੇ ਜਿਹੜੇ ਮਰੀਸ਼ ਕਾਲੀ ਆ ਉੱਪਰ ਸੀਗਾ ਤੇ ਇੱਕ ਹੋਰ ਸੀ ਇਹਨਾਂ ਦਾ ਰਿੱਕੀ ਸ਼ਰਮਾ ਉਹ ਕੋਲ ਖੜੇ ਸੀ ਉਹਨਾਂ ਨੇ ਇਹਦੀ ਰੋਕਿਆ ਹੈਗਾ ਵੀ ਕਿਉਂ ਧੱਕੇ ਮਾਰ ਰਹੇ ਹੋ ਵੀ ਮਾਲਕ ਨੇ ਜਿਹੜਾ ਜਸਮੈਨ ਜਿਹੜਾ ਬੰਦਾ ਸੀਗਾ ਤਾਂ ਉਹਨੇ ਆਪਣੇ ਸਪੋਰਟੀ ਕਾਟਾਂ ਨੂੰ ਕਿਹਾ ਵੀ ਇਹਨਾਂ ਨੂੰ ਧੱਕ ਦੋ ਇਰੇ ਪਿੱਛੇ ਨੇ ਜਿਹੜਾ ਜੱਸ ਹੈ ਜਿਹੜਾ ਸਕਿਉਰਿਟੀ ਗਾਰਡ ਮੇਨ ਹੈਡ ਸੀਗਾ ਉਹਨੇ ਕਿਹਾ ਕਿ ਇਹਨਾਂ ਨੂੰ ਸਾਰਿਆਂ ਨੂੰ ਲਾਧੋ ਪਰੇ ਧੱਕ ਦਿਓ ਇਹਨਾਂ ਨੂੰ ਪਿੱਛੇ ਧੱਕ ਦਿਓ ਜਿਵੇਂ ਮਰਜੀ ਜਮ ਗਿਰਦੇ ਨੇ ਸਿਰ ਤੋਂ ਬਸ ਘੜੀ ਸਿਰ ਤੋਂ ਸੱਡੇ ਇਹ ਗਲਾਬ ਸੱਦਰੂ ਐਨੇ ਜੀ ਜਦੋਂ ਉੱਥੇ ਧੱਕਾ ਭੱਜਿਆ ਉਹਨੂੰ ਪਤਾ ਚੱਲ ਗਿਆ ਇਸ ਸਟੇਜ ਤੇ ਵੀ ਹਾਂ ਵੀ ਬੰਦੇ ਦੀ ਪੱਗ ਲਹੀ ਆ ਹਾਂ ਕਹਿ ਵੀਰੇ ਸੀ ਬੋਲ ਵੀ ਰਹੇ ਸੀ ਬੋਲ ਵੀ ਰਹੇ ਸੀ ਉਦੋਂ ਕਿੱਥੇ ਸੀਗਾ ਉਦੋਂ ਉਹਨੇ ਕਿਉਂ ਨਹੀਂ ਪੁੱਛਿਆ ਵੀ ਬੰਦਾ ਕਿੱਥੇ ਆ ਉਹ ਬੰਦੇ ਕੋਲ ਕਿਉਂ ਨਹੀਂ ਗਿਆ ਸਾਨੂੰ ਘਰ ਤਾਂ ਇਹਨਾਂ ਨੂੰ ਇਹ ਪਤਾ ਹੀ ਲੱਗੇ ਜਾਣੇ ਨੇ ਜਿਹੜਾ ਉਹ ਗੁਰਸਿੱਖ ਬੰਦਾ ਦੀ ਉਹਨੂੰ ਵੀ ਜਰੂਰ ਪੁੱਛਣਾ ਵੀ ਤੂੰ ਸਰਦਾਰ ਕਾਦੇ ਲਈ ਬਣਿਆ ਐਪਲੀਕੇਸ਼ਨ ਲਗਾ ਦੀ ਡੀਐਸਪੀ ਸਾਹਿਬ ਨੂੰਰੇ ਸਾਨੂੰ 4 ਰੁਪਏ ਦਾ ਟਾਈਮ ਦਿੱਤਾ ਸਵੇਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਔਰ ਇਹਨਾਂ ਪ੍ਰਸ਼ਾਸਨ ਦਾ ਨਾ ਕੋਈ ਸਿਹਰਾ ਕਮੇਟੀ ਦਾ ਕੋਈ ਮੈਂਬਰ ਉਹਨਾਂ ਸੋਚਾਂ ਬੰਦ ਕਰੀ ਬੈਠੇ ਨੇ ਮੋਬਾਈਲ 'ਤੇ ਮੇਰਾ ਕੰਕਾ ਖੋ ਗਿਆ ਅਮਰਤਾ ਦੀ ਬੰਦਾ ਮੈਂ ਠੀਕ ਹੈ ਜੀ ਮੇਰੀ ਉਹਨਾਂ ਨੇ ਪੂਰੀ ਬੇਇੱਜ਼ਤੀ ਕੀਤੀ ਮੇਰਾ ਐਪਲ ਦਾ ਫੋਨ ਗਰ ਗਿਆ ਜੀ ਅੱਜ ਫਿਰ ਤੋਂ ਡੇਗ ਕੇ ਤੋਂ ਹੇਠੇ ਵੱਜ ਕੇ ਜਿਹੜੀ ਆ ਕੁਝ ਅਨਸੁਖਾਵੀ ਘਟਨਾਵਾਂ ਵਾਪਰ ਸਕਦੀ ਸੀਗੀ ਕਮੇਟੀ ਵੀ ਰਾਤ ਭੱਜ ਗਈ ਸਾਰੇ ਭੱਜ ਗਏ ਸੀ ਇਕੱਲੇ ਹੀ ਰਹਿ ਗਏ ਉਰੇ ਹਾਲ ਤਾਂ ਕਮੇਟੀ ਦਾ ਸਵੇਰ ਦਾ 10 ਵਜੇ ਦਾ ਟਾਈਮ ਤੇ ਕੋਈ ਮੈਂਬਰ ਨਹੀਂ ਪਹੁੰਚਿਆ ਮੈਂ ਸਾਡੇ ਪ੍ਰਧਾਨ ਹੈਗਾ ਮਨੀਸ਼ ਕਾਲੀ ਆ ਇਹਦਾ ਦਸਾਇਦਾ ਦਾ ਮੇਨ ਉਹ ਕੱਲ ਦਾ ਸੋਚ ਬੰਦ ਕਰੀ ਬੈਠਾ ਸਾਡਾ ਕੱਲ 24 ਘੰਟੇ ਵਿੱਚ ਇੱਕ ਵਾਰ ਵੀ ਸਾਨੂੰ ਉਹਦੀ ਸ਼ਕਲ ਨਹੀਂ ਦੇਖੀ ਤੁਹਾਨੂੰ ਸਾਡੀ ਕਮੇਟੀ ਤੋਂ ਪੈਦੀ ਹੱਥ ਲਵਾਉਣ ਨੇ ਅਸੀਂ ਹਾਂਜੀ ਸਾਡੀ ਨਹੀਂ ਨਹੀਂ ਗੱਲ ਬਣੋ ਅਧਿਆ ਪਰਚਾ ਮੈਂ ਦੇ ਦੇਣਾ ਸਿੱਖੀ ਦੇ ਨਾਤੇ ਤੇ 299 ਦਾ ਹਾਂਜੀ ਅਮਰਤਾਰੀ ਦਾ ਦਸਤਾਰ ਲਾਉਣ ਦਾ ਕਕਾਰਾਂ ਦੀ ਮੇਰੀ ਬੇਇੱਜ਼ਤੀ ਕਰਨ ਦਾ ਖੰਨੇ ਦੇ ਕੋਲ ਪੈਂਦੇ ਲਲਹੇੜੀ ਪਿੰਡ ਦੇ ਵਿੱਚ ਮੌਜੂਦ ਆ ਬਿੱਤੀ ਰਾਤ ਲੋਕਾਂ ਨੇ ਦੁਸ਼ਹਰਾ ਮਨਾਇਆ ਤੇ ਕੰਨਾਂ ਨੇ ਮਨੋਰੰਜਨ ਜਿਹੜਾ ਵੱਖਰੇ ਵੱਖਰੇ ਢੰਗ ਨਾਲ ਮਨਾਇਆ ਸੀਗਾ ਤਾਂ ਇੱਕ ਵਿੱਚੋਂ ਗੁਲਾਬ ਸਿੱਧੂ ਦਾ ਨਾਮ ਬੜਾ ਮਸ਼ਹੂਰ ਹੋ ਗਿਆ ਰਾਤ ਨੂੰ ਇਸ ਕਰਕੇ ਮਸ਼ਹੂਰ ਹੋ ਗਿਆ ਕਿ ਜਿਹੜਾ ਅਖਾੜਾ ਲਵਾਇਆ ਗਿਆ ਸੀ ਜਿਹਦੇ ਖੇਤ ਵਿੱਚ ਲੱਗਿਆ ਹੋਇਆ ਸੀਗਾ ਉਸ ਨੂੰ ਬੌਂਸਰਾਂ ਨੇ ੱੱਕੇ ਮਾਰ ਦਿੱਤੇ ਉਹ ਬਜ਼ੁਰਗ ਕੌਣ ਸੀਗੇ ਜਿਨ੍ਹਾਂ ਦੀ ਪੱਗ ਲਾ ਦਿੱਤੀ ਗਈ ਇਹ ਬੜੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਇੱਕ ਵਾਰੀ ਮੈਂ ਤੁਹਾਨੂੰ ਉਹ ਸਟੇਜ ਦਿਖਾਵਾਂਗਾ ਜਿੱਥੇ ਜਿਹੜੇ ਗੁਲਾਬ ਸਿੱਧੂ ਦਾ ਅਖਾੜਾ ਲੱਗਿਆ ਹੋਇਆ ਸੀਗਾ ਉਹ ਬਜ਼ੁਰਗ ਨੂੰ ਕਮੇਟੀ ਸਟੇਜ ਦੇ ਉੱਤੇ ਲੈ ਕੇ ਜਾਂਦੀ ਹੈ ਕਿ ਆਜੋ ਗੁਲਾਬ ਸਿੱਧੂ ਆਇਆ ਤੁਹਾਨੂੰ ਮਿਲਾ ਕੇ ਲਿਆਉਨੇ ਆ ਉਹਨਾਂ ਦੇ ਪੁੱਤ ਨੂੰ ਲੈ ਕੇ ਜਾਂਦੇ ਨੇ ਪਰ ਬੌਂਸਰ ਕਹਿੰਦੇ ਗੱਲ ਪੈ ਜਾਂਦੇ ਨੇ ਕਹਿੰਦੇ ਨੇ ਕਿ ਤੁਸੀਂ ਨੀਚੇ ਜਾਓ ਤੁਸੀਂ ਉੱਤੇ ਨਹੀਂ ਆ ਸਕਦੇ ਇੱਥੇ ਉਹ ਬਜ਼ੁਰਗ ਵੀ ਬੈਠੇ ਹੋਏ ਨੇ ਪਿੰਡ ਵਾਲੇ ਬੈਠੇ ਹੋਏ ਨੇ ਸਾਰੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਦੁਸ਼ਹਿਰਾ ਸੀਗਾ ਜਾਂ ਫਿਰ ਉਹ ਸੋਚ ਕੇ ਆਏ ਸੀ ਕਿ ਕਿ ਅਸੀਂ ਪਿੰਡ ਵਾਲਿਆਂ ਦੇ ਨਾਲ ਇਸ ਤਿੱਕੇ ਨਾਲ ਕਰਾਂਗੇ ਸਾਰੇ ਬੈਠੇ ਹੋਏ ਨੇ ਇਹ ਬਜ਼ੁਰਗ ਨੇ ਜਿਨ੍ਹਾਂ ਦੇ ਨਾਲ ਉਹ ਸਾਰੀ ਚੀਜ਼ ਹੋਈ ਸੀਗੀ ਜਿਨ੍ਹਾਂ ਨੂੰ ਧੱਕਾ ਮਾਰਿਆ ਨਾ ਰੱਬ ਨਾ ਕਰੇ ਕੋਈ ਅਜੇਹੀ ਗੱਲਬਾਤ ਹੋ ਜਾਂਦੀ ਜਿਸ ਤਿੱਕੇ ਨਾਲ ਸਟੇਜ ਹੈ ਤਕਰੀਬਨ 7 ਤੋਂ 8 ਫੁੱਟ ਦੀ ਸਟੇਜ ਆਓ 8 ਫੁੱਟ ਤੋਂ ਡੇਗ ਕੇ ਤੋਂ ਹੇਠੇ ਵੱਜ ਕੇ ਜਿਹੜੀ ਆ ਕੁਝ ਅਨਸੁਖਾਵੀ ਘਟਨਾਵਾਂ ਵਾਪਰ ਸਕਦੀ ਸੀਗੀ ਤੇ ਬਾਈ ਵੀ ਜਿਹੜੇ ਨਾਲ ਸੀਗੇ ਇਸ ਪਾਸੇ ਨੂੰ ਦਿਖਾਵਾਂਗੇ ਬਾਈ ਵੀ ਨਾਲ ਸੀਗੇ ਤਾਂ ਅਸੀਂ ਬਜ਼ੁਰਗਾਂ ਤੋਂ ਸ਼ੁਰੂ ਕਰਾਂਗੇ ਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਗੱਲ ਕੀ ਹੋਈ ਸੀਗੀ ਕੌਣ ਇਹਨਾਂ ਨੂੰ ਸਟੇਜ ਦੇ ਉੱਤੇ ਲੈ ਕੇ ਗਿਆ ਫਿਰ ਬਸਲੂ ਕੀ ਬੌਂਸਰਾਂ ਨੇ ਕਿਉਂ ਕੀਤੀ ਤੇ ਗੁਲਾਬ ਸਿੰਘ ਉੱਥੇ ਕਿਉਂ ਨਹੀਂ ਖੜਿਆ ਕਿਉਂ ਭੱਜ ਗਿਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਜੀ ਹਾਂਜੀ ਹਾਂਜੀ ਪਹਿਲਾਂ ਤੇ ਦੱਸੋ ਤੁਹਾਡੇ ਕੋਈ ਸਰਟੀਫੀਕਟ ਤਾਂ ਨਹੀਂ ਬੱਜੀ ਨਹੀਂ ਜੀ ਨਹੀਂ ਸਰ ਹੱਟ ਨਹੀਂ ਬੱਜੀ ਅੱਛਾ ਮੈਨੂੰ ਇਹ ਦੱਸੋ ਇਹ ਜਿਹੜੀ ਰਾਤ ਦੀ ਵੀਡੀਓ ਵਾਇਰਲ ਹੋ ਰਹੀ ਆ ਹ ਤੁਹਾਡੇ ਤਾਂ ਇੱਕ ਜਿਵੇਂ ਦਸਤਾਰ ਉਤਰੀ ਕਈ ਚੈਨਲ ਸਟਿੱਕ ਨਾਲ ਚਲਾ ਰਹੇ ਨੇ ਉਸ ਸਹੀ ਨਹੀਂ ਹੈਗਾ ਦੇਖਣ ਚ ਵੀ ਨਹੀਂ ਸਹੀ ਲੱਗ ਰਿਹਾ ਤੁਸੀਂ ਪਹਿਲਾਂ ਇਹ ਦੱਸੋ ਕਿ ਕਹਾਣੀ ਕੀ ਬਣੀ ਤੁਸੀਂ ਉੱਤੇ ਗਏ ਜਾਂ ਲੈ ਕੇ ਗਏ ਕੀ ਸੀਗਾ ਸਾਰਾ ਕੌਣ ਲੈ ਕੇ ਗਿਆ ਸੀ ਤੁਹਾਨੂੰ ਕਮੇਟੀ ਦੇ ਮੈਂਬਰ ਲੈ ਗਏ ਨੇ ਜੀ ਤੁਹਾਨੂੰ ਪੇ ਪੁੱਤ ਨੂੰ ਕਹੇ ਤੁਸੀਂ ਆ ਜਾਓ ਤੁਹਾਨੂੰ ਉੱਥੇ ਉੱਪਰ ਬੈਠੋ ਤੁਸੀਂ ਤੁਹਾਡੀ ਜ਼ਮੀਨ ਹੈ ਵੀ ਤੁਸੀਂ ਮੇਨ ਬੰਦੇ ਹੋ ਸਾਡੇ ਸਾਨੂੰ ਲੈ ਗਏ ਬੌਂਸਰ ਕਹਿੰਦਾ ਉੱਪਰ ਨਹੀਂ ਜਾਣਾ ਮੇਰੇ ਬੇਟੇ ਨੂੰ ਕਹਾਂ ਇਹ ਕੌਣ ਨੇ ਕਹਾਂ ਮੇਰੇ ਡੈਡੀ ਨੇ ਅਸੀਂ ਚੱਲੇ ਗਏ ਸਾਨੂੰ ਜਾ ਕੇ ਕਹਿੰਦੇ ਥੱਲੇ ਚਲੋ ੱੱਕੇ ਮਾਰ ਲੱਗੇ ਮੈਂ ਕਿਹਾ ਵੀ ੱੱਕੇ ਨਾ ਮਾਰੋ ਅਸੀਂ ਉੱਤਰ ਜਾਨੇ ਆ ਪਰ ਉਹ ਨਾ ਸਾਨੂੰ ਇੱਕ ਸਰਦਾਰ ਦੀ ਦਮਾਲਾ ਸਜਾਇਦੀ ਦਾੜਾ ਸਜਾਇਦੀ ਉਹ ਤੇ ਪ੍ਰਕਾਸ਼ ਦੀ ਦਾੜਾ ਸਾਨੂੰ ਉਹਨੇ ਪਹਿਲਾਂ ੱੱਕਾ ਮਾਰ ਤਿੰਨ ਬੰਦੇ ਰੋਡਾਂ ਸਾਨੂੰ ਦੋਏ ਪੇ ਪਤਨ ੱੱਕਾ ਮਾਰ ਮੇਰੀ ਪੱਗ ਲਾਈ ਮੇਰਾ ਕੰਗਾ ਖੋ ਗਿਆ ਅਮਰਤਾਰੀ ਬੰਦਾ ਮੈਂ ਠੀਕ ਹੈ ਜੀ ਮੇਰੀ ਉਹਨਾਂ ਨੇ ਪੂਰੀ ਬੇਇੱਜ਼ਤੀ ਕੀਤੀ ਮੇਰਾ ਐਪਲ ਦਾ ਫੋਨ ਘਰ ਗਿਆ ਜੀ ਤੇ ਮੇਰੀ ਪੂਰੀ ਰੱਜ ਕੇ ਬੇ ਹਾਂਜੀ ਫਿਰ ਉਹਦਾ ਬਾਅਦ ਡਰਦਾ ਗਲਬ ਸਿੱਧੂ ਮਸਟੇਜ ਛੱਡ ਕੇ ਵਿੱਚ ਉਹਦੇ ਬੌਂਸਰ ਜਿਹੜੇ ਭੱਜ ਗਏ ਫਿਰ ਹਾਂਜੀ ਬਿਲਕੁਲ ਬੱਪੂ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੇਰੀ ਬੇਇੱਜ਼ਤੀ ਕੀਤੀ ਉਲਟਾਏ ਹੋ ਗਿਆ ਕਿ ਤੁਸੀਂ ਜ਼ਮੀਨ ਵੀ ਦਿੱਤੀ ਫ੍ਰੀ ਦੇ ਵਿੱਚ ਕਮੇਟੀ ਨੂੰ ਕਿ ਤੁਸੀਂ ਇੱਥੇ ਜੋ ਮਰਜ਼ੀ ਕਰੋ ਇਹ ਬੌਣਾ ਬੜਾ ਔਖਾ ਹੈ ਬਾਣ ਜਦੋਂ ਹੁਣ ਜਦੋਂ ਪੱਕਾ ਹੋ ਗਿਆ ਲੋਕ ਕਿੰਨੇ ਟੱਪੇ ਹਨਾ ਤੇ ਉਦੋਂ ਬਾਅਦ ਬੌਣਾ ਬੜਾ ਔਖਾ ਹੈ ਫਿਰ ਜਿਹਨੂੰ ਦਿੱਤੀ ਉਹਨੇ ਉਹ ਤੁਹਾਡੇ ਨਾਲ ਨਹੀਂ ਖੜੇ ਕਿਹਨੂੰ ਦਿੱਤੀ ਸੀ ਜ਼ਮੀਨ ਤੇ ਕੋਈ ਇਸ ਕੀ ਗੱਲਬਾਤ ਹੋਈ ਸਰ ਜੀ ਜਾਦਵੰਦਰ ਸਿੰਘ ਜਾਦੂ ਗੁਰਕੀਰ ਸਿੰਘ ਕੋਟਲੀ ਬੀ ਆਂਧ ਸਿੰਘ ਦਾ ਪੋਤਾ ਅਸੀਂ ਉਹਨਾਂ ਨੂੰ ਫ੍ਰੀ ਸੇਵਾ ਹੀ ਦਿੱਤੀ ਹੈ 3 ਸਾਲ ਹੋ ਗਏ 3 ਸਾਲ ਹੋ ਗਏ ਸਾਨੂੰ ਫ੍ਰੀ ਸੇਵਾ ਉਹਨਾਂ ਦੀ ਕਰਦਿਆਂ ਨੂੰ ਅਸੀਂ ਕੋਈ ਚਾਰਜ ਨਹੀਂ ਲੈਂਦੇ ਇਹਦਾ ਠੀਕ ਹੈ ਜੀ ਉਹ ਤੋਂ ਬਾਅਦ ਚ ਸਾਨੂੰ ਉਹਨਾਂ ਨੇ ਕੋਈ ਸਾਡੀ ਜਣੀ ਉਹਨਾਂ ਨੇ ਵਧੀਆ ਮਦਦ ਨਹੀਂ ਕੀਤੀ ਨਾ ਕਮੇਟੀ ਵੀ ਰਾਤ ਭੱਜ ਗਈ ਸਾਰੀ ਭੱਜ ਗਈ ਅਸੀਂ ਇਕੱਲੇ ਹੀ ਰਹਿ ਗਏ ਉਰੇ ਹਾਲਤਾਂ ਕਮੇਟੀ ਦਾ ਸਵੇਰ ਦਾ 10 ਵਜੇ ਦਾ ਟਾਈਮ ਦੀ ਕੋਈ ਮੈਂਬਰ ਨਹੀਂ ਪਹੁੰਚਿਆ ਹਾਂ ਜੀ ਸਾਨੂੰ ਤੰਗ ਪਾਉ ਕਰਿਆ ਇਹਨਾਂ ਨੇ ਜਿਹੜੇ ਪ੍ਰਸ਼ਾਸਨਿਕ ਕਮੇਟੀ ਐ ਸਾਡੇ ਨਾਲ ਵਧੀਆ سلوਕ ਨਹੀਂ ਕੀਤਾ ਇੱਧਰ ਨੂੰ ਬੌਂਸਰ ਭੱਜ ਗਏ ਵਿੱਚ ਉਹ ਆਪਣੇ ਕਲਾਕਾਰ ਭੱਜ ਗਿਆ ਵਿੱਚ ਉਹ ਸਾਰ ਗੱਡੀਆਂ ਗੁੱਡੀਆਂ ਛੱਡ ਕੇ ਸਭ ਭੱਜ ਗਏ ਫਿਰ ਹਾਂ ਜੀ ਅਜਿਹਾ ਕਿਉਂ ਕੀਤਾ ਬੌਂਸਰਾਂ ਨੇ ਕਿਉਂ ਕੀਤਾ ਅਜਿਹਾ ਤੁਹਾਡੇ ਨਾਲ ਤੁਹਾਨੂੰ ਧੱਕੇ ਕਿਉਂ ਮਾਰਨੇ ਪਏ ਉਹਨਾਂ ਨੇ ਕੀ ਗੱਲ ਹੋ ਗਈ ਸੀਗੀ ਅਜਿਹੀ ਕਿਉਂ ਬੰਸ ਰਿਹਾ ਇਹੋ ਜਿਹੀ ਵਤੀਰਾ ਲੈ ਕੇ ਉਤਰੇ ਫਿਰਦੇ ਸੀ ਕਿਉਂਕਿ ਬਾਪੂ ਨਾਲ ਇਸ ਟਿੱਕੇ ਨਾਲ ਵਤੀਰਾ ਕੀਤਾ ਜਾਇਗਾ ਤੁਹਾਡੇ ਮੁੰਡੇ ਨਾਲ ਵੀ ਬੜਾ ਭੜਾ ਵਤੀਰਾ ਕੀਤਾ ਉਹਨਾਂ ਨੇ ਹਾਂਜੀ ਆਸੀਂ ਦੋਵੇਂ ਪੇ ਪੁੱਤ ਸਾਨੂੰ ਉਹਨਾਂ ਨੇ ਸਾਡੀ ਗੱਲ ਸੁਣੀ ਹੋਣੀ ਉਹਨਾਂ ਨੇ ਹਾਂ ਅਜੀ ਕਿ ਆ ਵੀ ਆਪ ਸਾਡੀ ਜ਼ਮੀਨ ਹੈ ਬੇਟਾ ਕਹਿੰਦਾ ਵੀ ਸਾਡੀ ਜ਼ਮੀਨਾਂ ਫ੍ਰੀ ਸੇਵਾ ਤੇ ਕੋਈ ਚਾਰਜ ਨਹੀਂ ਲਿਆ ਵੀ ਅਸੀਂ ਸਾਨੂੰ ਤਾਂ ਕਮੇਟੀ ਦੇ ਮੈਂਬਰ ਲੈ ਕੇ ਆਨੇ ਅਸੀਂ ਉੱਥੇ ਕੀ ਲੈਣਾ ਅਸੀਂ ਫੋਟੋਆਂ ਦੇ ਕੀ ਲੈਣਾ ਸਾਨੂੰ ਕਮੇਟੀ ਮੈਂਬਰ ਲੈ ਕੇ ਆਨੇ ਤੇ ਸਟੇਜ ਤੇ ਕਹਿੰਦੇ ਤੁਸੀਂ ਸਨਮਾਨਯੋਗੋਂ ਫ੍ਰੀ ਸੇਵਾ ਕਰਦੇ ਹੋ ਔਰ ਇੱਕ ਸਾਲ ਸਾਡੀ ਕਹਿੰਦੇ ਅਸੀਂ ਤੁਸੀਂ ਸਾਡੇ ਕੋਲ ਤੇ ਮਹਿਮਾਨ ਬਜਾਓ ਤੁਸੀਂ ਉੱਪਰ ਆਓ ਸਾਨੂੰ ਕਮੇਟੀ ਦੇ ਮੈਂਬਰ ਲੈ ਕੇ ਗਏ ਨੇ ਜੀ ਅੱਛਾ ਮੈਂਬਰ ਲੈ ਕੇ ਸੀਗੇ ਪਰ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਇਸ ਦੇ ਵਿੱਚ ਤੁਹਾਡੇ ਜਿਹੜੇ ਬਿਆਨ ਉੱਥੇ ਲਿਖਾਏ ਗਏ ਜਾਂ ਤੁਸੀਂ ਕੰਪਲੇਂਟ ਕੀਤੀ ਕੀ ਕਿਹਾ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਜਿਹੜੇ ਜਿਨ੍ਹਾਂ ਨੇ ਤੁਹਾਡੇ ਨਾਲੇ ਕੀਤਾ ਉਹਨਾਂ ਨੂੰ ਬੁਲਾ ਕੇ ਮਾਫੀ ਮੰਗਾਦਣੇ ਜਾਂ ਕੋਈ ਰਾਜ਼ੀਨਾਮਾ ਕਰਵਾਦਣੇ। ਔਰ ਸਾਨੂੰ ਜੀ 4 ਰੁਪਏ ਦਾ ਟਾਈਮ ਦਿੱਤਾ ਹੈ ਪੁਲਿਸ ਨੇ ਕੱਲ ਅਸੀਂ ਐਪਲੀਕੇਸ਼ਨ ਲਿਖਾ ਦੇ ਡੀਐਸਪੀ ਸਾਹਿਬ ਨੂੰ ਰੇ। ਸਾਨੂੰ 4 ਰੁਪਏ ਦਾ ਟਾਈਮ ਦਿੱਤਾ ਸਵੇਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਔਰ ਇਹਨਾਂ ਪ੍ਰਸ਼ਾਸਨ ਦਾ ਨਾ ਕੋਈ ਸਹਿਰਾ ਕਮੇਟੀ ਦਾ ਕੋਈ ਮੈਂਬਰ ਉਹਨਾਂ ਸੋਚਾਂ ਬੰਦ ਕਰੀ ਬੈਠੇ ਨੇ ਮੋਬਾਈਲ ਦੀਆਂ। ਸਾਰੀ ਕਮੇਟੀ ਮੈਂਬਰ ਕੋਈ ਟਲੀ ਜਿੰਨੇ ਜਿਨ੍ਹਾਂ ਨੇ ਇਹ ਕਰਵਾਇਆ। ਹਾਂ ਜੀ ਕੋਈ ਨਹੀਂ ਪਹੁੰਚਿਆ ਜੀ ਸਾਡੇ ਪ੍ਰਧਾਨ ਹੈਗਾ ਮਨੀਸ਼ ਕਾਲੀਆ ਇਹਦਾ। ਦਸਹਰਾ ਦਾ ਮੈਨ ਉਹ ਕੱਲ ਦਾ ਸੋਚ ਬੰਦ ਕਰੀ ਬੈਠਾ ਸਾਡਾ ਕੱਲ 24 ਘੰਟੇ ਕੋਈ ਇੱਕ ਵਾਰ ਵੀ ਸਾਨੂੰ ਉਹਦੀ ਸ਼ਕਲ ਨਹੀਂ ਦੇਖੀ ਸਾਨੂੰ ਨਾਲੇ ਉਹ ਐਮਸੀ ਨੇ ਨਾਲੇ ਪ੍ਰਧਾਨ ਹਾਂਜੀ ਨਾਲੇ ਐਮਸੀ ਨੇ ਨਾਲੇ ਸਾਰਾ ਕਮੇਟੀ ਦੇ ਮੈਨ ਪ੍ਰਧਾਨ ਨੇ ਉਹ ਹਾਂਜੀ ਇੱਕ ਸਿਪਸਾਣਾ ਦਾ ਇੱਕ ਰਿੱਕੀ ਸ਼ਰਮਾ ਰਿੱਕੀ ਸ਼ਰਮਾ ਉਹ ਵੀ ਨਹੀਂ ਜੀ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਜਿੰਨੇ ਕਮੇਟੀ ਮੈਂਬਰ ਨੇ ਗਏ ਕੁਝ ਲਿਜਾਣ ਦੇ ਵਿੱਚ ਸਾਰੇ ਬਾਬੂ ਜੀ ਇਹਦੇ ਚ ਨਾ ਗੁਲਾਬ ਸਿੱਤੂ ਨੇ ਘੰਟਾ ਪਹਿਲਾਂ ਇੱਕ ਪੋਸਟ ਪਾਈ ਜਿਸ ਦੇ ਵਿੱਚ ਲਿਖਿਆ ਕਿ ਜੋ ਕੁਝ ਰਾਤ ਹੋਇਆ ਉਹ ਬਹੁਤ ਗਲਤ ਹੋਇਆ ਤੇ ਬਾਪੂ ਜੀ ਮੈਂ ਤੁਹਾਡੇ ਨਾਲ ਖੜਾ ਉਹ ਐਵੇਂ ਲਿਖ ਰਹੇ ਨੇ ਕਿ ਤੁਹਾਡੇ ਨਾਲ ਖੜਾ ਪਰ ਚਾਹੀਦਾ ਨਹੀਂ ਸੀ ਜਦੋਂ ਤੁਹਾਨੂੰ ਧੱਕਾ ਵੱਜਿਆ ਜਦੋਂ ਤੁਸੀਂ ਸਟੇਜ ਤੋਂ ਨੀਚੇ ਡਿੱਗੇ ਉਦੋਂ ਗਲਾਬ ਸਿੱਧ ਨੂੰ ਚਾਹੀਦਾ ਸੀ ਤੁਹਾਨੂੰ ਚੱਕਣਾ ਚਾਹੀਦਾ ਮੇਰੀ ਗੱਲ ਸੁਣੋ ਜੀ ਜੇ ਉਹ ਖੜਦਾ ਸਾਡੇ ਨਾਲ ਆ ਫਿਰ ਡਰ ਕੇ ਭੱਜਿਆ ਕਾ ਤੇ ਜੇ ਉਹਨੂੰ ਹਮਦਰਦੀ ਹੁੰਦੀ ਜੇ ਉਹ ਬੇਕਾਬੂ ਹੁੰਦਾ ਉਹਦੇ ਡਾਕਟਰ ਅਮਰ ਸਿੰਘ ਐਮਪੀ ਨੇ ਸੈਂਟਰ ਦੇ ਐਮਪੀ ਔਰ ਉਹ ਖੜੇ ਰਹਿਣੇ ਘੰਟਾ ਡੇਢ ਘੰਟਾ ਸੀ ਉਹਨਾਂ ਨੂੰ ਨਹੀਂ ਕੋਸ ਕੇ ਸਾਡੇ ਤੇ 10 ਮਾਨ ਨੇ ਹੋ ਠੀਕ ਹੈ ਉਹਨੂੰ ਅਸੀਂ ਕੀ ਕਹਿਣਾ ਸੀ ਕਿ ਉਹ ਖੜਦਾ ਬੰਦਿਆ ਵਾਂਗੂ ਜੇ ਉਹਨ ਡਰਿੰਦੀ ਕੋਈ ਨਾ ਬੌਂਸਰਾਂ ਉਨ ਡਰਦੀ ਫੇ ਖੜਦੇ ਫੇ ਭੱਜੇਗਾ ਉਸ ਤੋਂ ਇਹਨਾਂ ਸਾਰਿਆਂ ਭਜਾਉਣ ਦੇ ਐਮਐਲਏ ਨਹੀਂ ਸਾਡੇ ਗੁਰਕੀਤ ਕੋਟ ਲਈ ਨਹੀਂ ਭੱਜਿਆ ਜਾਦੂ ਨਹੀਂ ਭੱਜਿਆ ਸਾਰਾ ਕਮੇਟੀ ਭੱਜ ਗਈ ਹਾਂਜੀ ਕਿਉਂ ਅਜਿਹਾ ਕਿਉਂ ਫਿਰ ਉਹਨਾਂ ਨੇ ਜਿਵੇਂ ਭੱਜ ਗਏ ਉਹਨਾਂ ਨੇ ਤੁਹਾਡੇ ਨਾਲ ਬਿਲਕੁਲ ਸੰਪਰਕ ਨਹੀਂ ਕੀਤਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ 1:00 ਵਜੇ ਤੱਕ ਰਾਤ ਸਾਰੇ ਉੱਥੇ ਬੈਠੇ ਰਹੇ ਪੁਲਿਸ ਤਾਂ ਨਹੀਂ ਵੀ ਗਏ ਸਮਾਨ ਉਹਨਾਂ ਦਾ ਉੱਥੇ ਪਹੁੰਚਾਇਆ ਨਹੀਂ ਸਾਡੇ ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕਰਿਆ ਡੀਐਸਪੀ ਸਾਹਿਬ ਨੇ ਗੱਡੀਆਂ ਉਹਨਾਂ ਦੀਆਂ ਬੌਂਡ ਕਰਤੀਆਂ ਦੋਏ ਹਾਂ ਕਲਾਕਾਰ ਦੀਆਂ ਸਿੱਧੂ ਦੀਆਂ ਦੋਹੇ ਗੱਡੀਆਂ ਹਾਂ ਜੀ ਦੋਹੇ ਬੌਂਡ ਕਰਦੇ ਆ ਸਿਟੀ 'ਚ ਖੜੀਆਂ ਨੇ ਬੱਸਾਂ ਹਾਂ ਜੀ ਸਾਊਂਡ ਬੱਸ ਦੋਏ ਬੌਂਡ ਕਰੀਆਂ ਹੋਈਆਂ ਨੇ ਜੀ ਹਾਂਜੀ ਹਾਂਜੀ ਹੁਣ ਤੁਸੀਂ ਅਗਲੀ ਕਾਰਵਾਈ ਕੀ ਮੰਨਦੇ ਹੋ ਕਿ ਕੀ ਹੋਣਾ ਚਾਹੀਦਾ ਜੋ ਸਾਰਾ ਕੁਝ ਹੋਇਆ ਲੋਕ ਤੁਹਾਡੇ ਨਾਲ ਖੜੇ ਹੋਏ ਨੇ ਲੋਕ ਤੁਹਾਡੀਆਂ ਤਸਵੀਰਾਂ ਦੇਖ ਰਹੇ ਨੇ ਤੇ ਬੜੀਆਂ ਭਾਵਕ ਜੀਆਂ ਨੇ ਕਿਉਂਕਿ ਇੱਕ ਦਸਤਾਰ ਜਿਹੜੀ ਲੈਂਦੀ ਐ ਸਿੱਖ ਦੀ ਉਹ ਬੜੀ ਚੁੱਬਦੀ ਐ ਇੱਕ ਤਾਂ ਜਦੋਂ ਪਿਓ ਦੀ ਕਹਿੰਦੇ ਦਸਤਾਰ ਲੈ ਉੱਤਰ ਜੇ ਤਾਂ ਪੁੱਤ ਤਾਂ ਫੇਸ ਨਹੀਂ ਜਲ ਸਕਦਾ ਤੁਸੀਂ ਚਾਹੁੰਦੇ ਕਿਉਂਕਿ ਕੀ ਹੋਣਾ ਚਾਹੀਦਾ ਇਸ ਦੇ ਵਿੱਚ ਪਹਿਲੀ ਗੱਲ ਤਾਂ ਇਹ মিডিਆ ਉਹ ਰਿਆਵੇ ਪ੍ਰਸ਼ਾਸਨ ਉਹਨਾਂ ਨੂੰ ਲੈ ਕੇ ਆਵੇ ਵਿੱਚ ਗਲਾਬ ਸਿੱਧੂ ਨੂੰ ਵਿੱਚ ਗਲਾਬ ਸਿੱਧੂ ਤੇ ਬੌਂਸਰ ਵਿੱਚ ਗੋਹ ਵਾਲਾ ਗਰੁੱਪ ਆ ਜਿਹੜਾ ਇਹਨਾਂ ਦਾ ਜਾਸੋ ਜੋਾਸੋ ਗਰੋਪ ਹਾਂ ਜਾਸੋ ਜਿਹੜੇ ਸਿਕਿਉਰਟੀ ਵਾਲੇ ਨੇ ਹਾਂਜੀ ਹਾਂਜੀ ਬੌਂਸਰ ਨੇ ਜਿਹੜੇ ਆਜ ਇੱਕ ਉਹਰੇ ਸਾਡੇ ਕੋਲ ਆਉਣ ਜੀ ਅਸੀਂ ਮੀਡੀਆ ਬੁਲਾਉਣਾ ਸਾਰੇ ਜਿੰਨੇ ਮੇਰੇ ਚਾਚੇ ਭਾਈ ਭਤੀਜੇ ਨੇ ਸਾਰਿਆਂ ਨੂੰ ਬੁਲਾ ਕੇ ਪਹਿਲੀ ਹੱਥ ਲਵਾ ਕੇ ਉਹਨਾਂ ਤੋਂ ਫਿਰ ਅਸੀਂ ਮਾਫੀ ਧਾਮਾਂਗੇ ਅਸੀਂ ਕਲਾਕਾਰ ਨਾਲ ਜੁੜਨ ਵਾਲੇ ਉਹਦੇ ਬੌਂਸਰ ਸਾਰੀ ਕਮੇਟੀ ਤੋਂ ਪਹਿਲੀ ਹੱਥ ਲਵਾਉਣੇ ਨੇ ਅਸੀਂ ਹਾਂਜੀ ਸਾਰੀ ਨਹੀਂ ਨਹੀਂ ਗੱਲ ਬਣਉ ਅਸੀਂ ਪਰਚਾ ਮੈਂ ਦੇ ਦੇਣਾ ਸਿੱਖੀ ਦੇ ਨਾਤੇ ਤੇ 299 ਦਾ ਹਾਂ ਜੀ ਅਮਰਤਾਰੀ ਦਾ ਦਸਤਾਰ ਲਾਉਣ ਦਾ ਕਕਾਰਾਂ ਦੀ ਮੇਰੀ ਬੇਅਦਬੀ ਕਰਨ ਦਾ ਨਹੀਂ ਅਸੀਂ ਪਰਚਾ ਉਹਨਾਂ ਦੇ ਅੱਜ ਸ਼ਾਮ ਨੂੰ ਦੇ ਦੇਣਾ ਅਸੀਂ ਤੁਸੀਂ ਅਕਾਲ ਤਖਤ ਸਾਹਿਬ ਨੂੰ ਲਿਖੋਗੇ ਕਿ ਮੇਰੀ ਕੇਸਾਂ ਦੀ ਬੇਅਦਬੀ ਹੋਈ ਹੈ ਪੱਗ ਦੀ ਬੇਅਦਬੀ ਹਾਂ ਜੀ ਲਿਖਾਂ ਅਕਾਲ ਤਖਤ ਸਾਹਿਬ ਨੂੰ ਲਿਖਾਂ ਸਿੱਖ ਜੱਤੇ ਬੰਦਿਆਂ ਨੂੰ ਲਿਖਾਂਗੇ ਜੀ ਕਮੇਟੀ ਨੂੰ ਭਜਾਉਣ ਦੇ ਵਿੱਚ ਇਹਨਾਂ ਨੂੰ ਗੈਕਾਂ ਨੂੰ ਭਜਾਉਣ ਦੇ ਵਿੱਚ ਸਾਰਿਆਂ ਨੂੰ ਕਮੇਟੀ ਦਾ ਪੂਰਾ ਹੱਥ ਹੈ ਜੀ ਇਹਨਾਂ ਨੇ ਖੋਲੋ ਜਿਹੜੀ ਕਮੇਟੀ ਸੀਗੀ ਉਹ ਕਲਾਕਾਰਾਂ ਨੂੰ ਬੌਂਸਰਾਂ ਨੂੰ ਕੱਢ ਕੇ ਬਾਹਰ ਸਾਰਿਆਂ ਨੂੰ ਆਪ ਭੇਜੇ ਨੇ ਜੀ ਆਪ ਲੈ ਕੇ ਗਏ ਨੇ ਉਹ ਉਰਾਂ ਬਲਕੇ ਜਿਹੜੇ ਬੰਦੇ ਦੀ ਲ ਦਸਤਾਰ ਉਹਨੂੰ ਚੱਕਣ ਦਾ ਫਰਜ਼ ਸੀ ਇਹਨਾਂ ਦਾ ਉਸ ਦੇ ਨਾਲ ਖੜਿਆ ਦਾ ਫਰਜ਼ ਸੀ ਇਹਨਾਂ ਨੇ ਆਪ ਖੁਦ ਲੈ ਕੇ ਗਏ ਨੇ ਉਹ ਜੀ ਕੋਲ ਖੜ ਕੇ ਧੱਕੇ ਮਾਰੇ ਨੇ ਅਮਰੀਦ ਇਸ ਸਟੇਜ ਤੋਂ ਜਦੋਂ ਆਪਾਂ ਵੀਡੀਓ ਦੇਖ ਰਹੇ ਹਾਂ ਜਿਵੇਂ ਬਾਈ ਤੇ ਬਾਪੂ ਉੱਥੇ ਖੜੇ ਹੋਏ ਨੇ ਗੱਲ ਕਰ ਰਹੇ ਨੇ ਜਿਵੇਂ ਬਾਪੂ ਕਹਿ ਰਹੇ ਸੀ ਕਿ ਵੀ ਸਾਡੀ ਜ਼ਮੀਨ ਆਏ ਅਬ ਅਸੀਂ ਦਿਨੇ ਆਈ ਸਾਲ ਹਨ ਹਾਂਜੀ ਉਸ ਤੋਂ ਬਾਅਦ ਵੀ ਇਹ ਸੁਣਨ ਤੋਂ ਬਾਅਦ ਵੀ ਜ਼ਮੀਨ ਇਹਨਾਂ ਦੀ ਹੈ ਤੇ ਇਹਨਾਂ ਨੂੰ ਧੱਕੇ ਫੇਰ ਵੀ ਧੱਕੇ ਮਾਰੇ ਗਏ ਆ ਜੀ ਇਹਨਾਂ ਨੂੰ ਇਹ ਉਹਨਾਂ ਨੇ ਰੋਕਿਆ ਵੀ ਅਸੀਂ ਤਾਂ ਆਪ ਉਤਰ ਜਾਨੇ ਆ ਉਹਨਾਂ ਨੇ ਫੇਰ ਵੀ ਧੱਕੇ ਮਾਰ ਕੇ ਥੱਲੇ ਸਿੱਟਿਆ ਗਿਆ ਜਿਹੜੇ ਮਰੀਸ਼ ਕਾਲੀ ਆ ਉੱਪਰ ਸੀਗਾ ਤੇ ਇੱਕ ਹੋਰ ਸੀ ਇਹਨਾਂ ਨਾਲ ਰਿੱਕੀ ਸ਼ਰਮਾ ਉਹ ਕੋਲ ਖੜੇ ਸੀ ਉਹਨਾਂ ਨੇ ਇਹਦੀ ਰੋਕਿਆ ਹੈਗਾ ਵੀ ਕਿਉਂ ਧੱਕੇ ਮਾਰੇ ਹੋ ਵੀ ਮਾਲਕ ਨੇ ਸਮਾਂ ਕੋਲ ਖੜ ਕੇ ਦੇਖੇਗੇ ਨੇ ਉਹ ਉਸ ਤੋਂ ਬਾਅਦ ਸਾਰੇ ਭੱਜ ਚੁੱਕੇ ਬਈ ਹੋਰੀ ਪੈਸੇ ਵੀ ਦਿੰਦੇ ਆ ਬਈ ਹੋਰਾਂ ਨੂੰ ਜਿਹੜੇ ਦੁਸ਼ਾਰਾ ਪੈਸੇ ਸਾਰੇ ਦਿੱਤਾ ਜਾਂਦਾ ਜੀ ਉਹਰੇ ਤੀਜੇ ਤੀਜਾ ਸਾਲ ਆ ਫਰੀ ਦਿੱਤਾ ਜਾਂਦਾ ਕੱਚੀ ਕੀ ਰੁਪਈਆ ਨਹੀਂ ਦਿੱਤਾ ਹੈਗਾ ਇਹਨਾਂ ਦੇ ਵਿੱਚ ਹੂੰ ਹੂੰ ਨਾ ਇਹਨਾਂ ਨੇ ਦਿੱਤਾ ਨਾ ਇਹਨਾਂ ਨੇ ਕਦੇ ਮੰਗਿਆ ਤੇ ਤੀਜਾ ਸਾਲ ਚੱਲਦਾ ਆ ਰਿਹਾ ਜੀ ਇਹ ਬਿਲਕੁਲ ਅੱਛਾ ਭਾਈ ਵੀ ਜਿਹੜੇ ਨਾਲ ਸੀਗੇ ਹਨਾ ਉਦੋਂ ਜਦੋਂ ਰਾਤ ਨੂੰ ਜਿਹੜਾ ਸਾਰਾ ਕੁਝ ਹੈ ਭਾਈ ਤੁਹਾਡੇ ਕੀ ਲੱਗਦੇ ਨੇ ਮੇਰੇ ਚਾਚਾ ਜੀ ਲੱਗਦੇ ਨੇ ਚਾਚਾ ਜੀ ਜੀ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਨਾਲ ਖੜੇ ਸੀਗੇ ਕੀ ਉਹਨਾਂ ਦਾ ਵਿਵਹਾਰ ਕੀ ਸੀਗਾ ਗਾਰਡਾਂ ਦਾ ਜਿਹੜੇ ਸੀਗੇ ਮੇਨ ਸੀਗੇ ਉਹਨਾਂ ਦਾ ਜਿਹੜਾ ਜਸ ਮੇਨ ਜਿਹੜਾ ਬੰਦਾ ਸੀਗਾ ਤਾਂ ਉਹਨੇ ਆਪਣੇ ਸਕਿਉਰਟੀ ਗਾਰਡਾਂ ਨੂੰ ਕਿਹਾ ਵੀ ਇਹਨਾਂ ਨੂੰ ਧੱਕ ਦੋ ਉਦੇ ਪਿੱਛੇ ਨੇ ਜਿਹੜਾ ਜੱਸ ਹੈ ਜਿਹੜਾ ਸਕਿਉਰਿਟੀ ਗਾਰਡ ਮੇਨ ਹੈੱਡ ਸੀਗਾ ਉਹਨੇ ਕਿਹਾ ਕਿ ਇਹਨਾਂ ਨੂੰ ਸਾਰਿਆਂ ਨੂੰ ਲਾਦੋ ਪਰੇ ਧੱਕ ਦਿਓ ਇਹਨਾਂ ਨੂੰ ਪਿੱਛੇ ਧੱਕ ਦਿਓ ਜਿਵੇਂ ਮਰਜ਼ੀ ਜਿਵੇਂ ਗਿਰਦੇ ਨੇ ਸੱਡ ਦੋ ਬਸ ਘੜੀ ਸੱਡ ਦੋ ਥੱਲੇ ਠੀਕ ਆ ਤੇ ਉਹ ਤੋਂ ਬਾਅਦ ਜਿਹੜੀ ਸਕਿਉਰਿਟੀ ਸੀਗੇ ਮਨਨ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਦੋ ਤਿੰਨ ਵਾਰ ਵੀ ਅਸੀਂ ਜਿਹੜੀ ਲੈਂਡ ਆ ਜਿੱਥੇ ਦੁਸ਼ਹਿਰਾ ਹੋ ਰਿਹਾ ਵੀ ਅਸੀਂ ਮਾਲਕਾਂ ਠੀਕ ਆ ਤੇ ਉਹਨਾਂ ਨੇ ਸਾਡੀ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਵੀ ਤੁਸੀਂ ਪਏ ਹੋਵੋਗੇ ਵੀ ਸਾਨੂੰ ਅਸੀਂ ਤਾਂ ਇਹਦੀ ਸਕਿਉਰਿਟੀ ਗਾਰਡਾਂ ਵੀ ਸਾਨੂੰ ਨਹੀਂ ਪਤਾ ਹੈਗਾ ਵੀ ਤੁਸੀਂ ਜਾਓ ਵੀ ਸਾਨੂੰ ਤਾਂ ਕਮੇਟੀ ਨੇ ਕਿਹਾ ਵੀ ਤੁਸੀਂ ਸੈਟ ਉਸ ਲੈ ਵੀ ਕੋਈ ਮਰਜ਼ੀ ਹੋਵੇ ਜੋ ਮਰਜ਼ੀ ਕਹਿੰਦਾ ਹੋਵੇ ਪਰ ਇਹ ਸੈਟ ਦੀ ਗੱਲ ਇਦਾਂ ਐ ਵੀ ਜ਼ਮੀਨ ਦੇ ਮਾਲਕ ਨਾ ਵੀ ਹੋਣ ਕਿਸੇ ਸਰਦਾਰ ਬੰਦੇ ਨੂੰ ਕਿਸੇ ਉਹਦੀ ਅਥਾਰਟੀ ਤਾਂ ਹੈ ਨਹੀਂਗੀ ਵੀ ਕਿਸੇ ਦੀ ਬੰਦਾ ਕਿਸੇ ਨੂੰ ਧੱਕਾ ਮਾਰ ਦੂਗਾ ਨਾ ਹੀ ਵੀ ਮਾਲਕ ਹੁੰਦੇ ਸਰਦਾਰ ਬੰਦੇ ਨੂੰ ਸਰਦਾਰ ਬੰਦੇ ਨੂੰ ਧੱਕਾ ਮਾਰਨ ਦਾ ਵੈਸੇ ਹੀ ਫਰਜ਼ ਨਹੀਂ ਬਣਦਾ ਠੀਕ ਆ ਉਹ ਹੋਣਗੇ ਜਦੋਂ ਉਰੇ ਆਣਗੇ ਤਾਂ ਫਿਰ ਬਰਾਬਰੋ ਬਰਾਬਰੀ ਦਾ ਦੇਖਣਾ ਵੀ ਫਿਰ ਅਸੀਂ ਦੇਖਾਂਗੇ ਵੀ ਹੁਣ ਹੁਣ ਅੱਤ ਲਾ ਕੇ ਦੇਖ ਲੈ ਸਕਿਉਰਿਟੀ ਗਾਰਡ ਨੂੰ ਕੋਈ ਇਹ ਆਪਾਂ ਰੱਖ ਲੈਨੇ ਆ ਕੋਈ ਉਹਨੂੰ ਇਹ ਤਾਂ ਨਹੀਂ ਹੈਗਾ ਵੀ ਧੱਕਾ ਕਿਵੇਂ ਮਾਰ ਦੂਗਾ ਪਿਆਰ ਨਾਲ ਕਹਿੰਦੇ ਵੀ ਤੁਸੀਂ ਫੋਟੋ ਨਾ ਕਰੋ ਥੱਲੇ ਉਤਰਜੋ ਬੰਦਾ ਉਤਰਦਾ ਜਾਂ ਚਾਚਾ ਜੀ ਨੇ ਕਹਿ ਵੀ ਦਿੱਤਾ ਵੀ ਅਸੀਂ ਥੱਲੇ ਉਤਰਦੇ ਆ ਉਹ ਬੰਦੇ ਦਾ ਫੇਰ ਫਰਜ਼ ਬਣਦਾ ਦੀਗਾ ਵੀ ਪਿਆਰ ਨਾਲ ਥੱਲੇ ਤਾਰਦੇ ਧੱਕਾ ਮਾਰਨ ਦਾ ਕੋਈ ਫਰਜ਼ੇ ਨਹੀਂ ਬਣਦਾ ਜੇ ਇਹ ਸਾਡਾ ਨਹੀਂ ਹੱਲ ਹੋਊਗਾ ਤਾਂ ਅਸੀਂ ਸਿੱਖ ਜਾਂਦੇ ਬੰਦੀਆਂ ਨੂੰ ਬੁਲਾ ਕੇ ਉਹਨਾਂ ਦੇ ਘਰਾਂ ਦੇ ਮੂਰੇ ਵੀ ਧਰਨੇ ਦਵਾਗੇ ਜਿਹੜੇ ਜਿਹੜੇ ਇੱਥੇ ਬੰਦੇ ਸੀਗੇ ਜਿਹੜੇ ਚੁੱਪ ਕਰਾਉਂਦੇ ਸੀ ਉਹਨਾਂ ਦੇ ਘਰਾਂ ਦੇ ਮੂਰੇ ਵੀ ਧਰਨਾ ਦਿੱਤਾ ਜਾਊਗਾ ਵੀਰੇ ਸਾਡੇ ਵੱਲੋਂ ਤੁਹਾਨੂੰ ਕੋਈ ਕਿਹਾ ਤੁਹਾਨੂੰ ਹੁਣ ਤੱਕ ਕਿ ਵੀ ਅਸੀਂ ਰਾਜੀਨਾਮਾ ਕਰਵਾ ਦਿੰਦੇ ਆ ਕੋਈ ਗੱਲ ਨਹੀਂ ਸਾਡੇ ਕੋਲ ਕਿਸੇ ਦਾ ਵੀਰੇ ਕੋਈ ਫ ਮੈਂਬਰ ਨਹੀਂ ਆਇਆ ਜਾਂਦਾ ਦੇ ਵਿੱਚ ਅੱਜ ਰਾਤ ਵੀ ਗੱਲ ਅਕ ਜ਼ਿਆਦਾ ਫੜਿਆ ਅਸੀਂ ਮੂਰੇ ਗੱਲ ਰੱਖੀ ਸਾਨੂੰ ਐ ਚੁੱਪ ਕਰਾਉਂਦੇ ਯਾਰ ਸਾਨੂੰ ਚੁੱਪ ਕਰਾਉਣ ਦਾ ਫਰਜ਼ ਕੀ ਬਣਦਾ ਸਾਡੇ ਕੋਲ ਆਪਣਾ ਹੱਕਾ ਨਾ ਸਾਨੂੰ ਬੋਲਣ ਦਾ ਠੀਕ ਆ ਜੀ ਜੇ ਸਾਡਾ ਨਹੀਂ ਹੱਲ ਹੋਊਗਾ 4 4:30 ਵਜੇ ਦਾ ਜੋ ਵੀ ਟਾਈਮ ਆ ਉਹ ਤੋਂ ਬਾਅਦ ਅਸੀਂ ਨਹੀਂ ਇਹਨਾਂ ਦੇ ਸਾਨੂੰ ਘਰ ਤਾਂ ਇਹਨਾਂ ਨੂੰ ਪਤਾ ਹੀ ਲੱਗੇ ਜਾਣੇ ਨੇ ਜਿਹੜਾ ਉਹ ਗੁਰਸਿੱਖ ਬੰਦਾ ਦੀ ਉਹਨੂੰ ਵੀ ਜ਼ਰੂਰ ਪੁੱਛਣਾ ਵੀ ਤੂੰ ਸਰਦਾਰ ਕਾਦੇ ਲਈ ਬਣਿਆ ਜੇ ਤੈਨੂੰ ਸਰਦਾਰਾਂ ਦੀ ਕੋਈ ਇੱਜ਼ਤ ਹੀ ਨਹੀਂ ਪਤਾ ਤੂੰ ਕਾਦੇ ਲਈ ਕਿਸੇ ਸਿੱਖੀ ਚ ਤੂੰ ਆਪਣੀ ਸਿੱਖੀ ਚੱਕਦੇ ਫਿਰਦਾ ਸਰਦਾਰ ਬੰਦਾ ਮੂਰੇ ਆ ਤੇਰੇ ਤੂੰ ਉਹਨੂੰ ਤੇਰੇ ਬਾਪ ਸਮਾਨਾ ਤੂੰ ਉਹਨੂੰ ਪਿਆਰ ਨਾਲ ਕਹਦੇ ਬਈ ਗਲਾਬ ਸਿੱਤੂ ਨੇ ਇੱਕ ਪੋਸਟ ਪਾਈ ਜਿਹਦੇ ਵਿੱਚ ਉਹਨੇ ਲਿਖਿਆ ਕਿ ਜੋ ਬਾਪੂ ਨਾਲ ਹੋਇਆ ਉਹ ਬਹੁਤ ਗਲਤ ਕੀਤਾ ਮਾੜੀ ਹਰਕਤ ਕੀਤੀ ਉਹਨਾਂ ਤੋਂ ਜਿੰਨੇ ਕਿ ਜੋ ਹੋਏਗੀ ਸਜ਼ਾ ਅਸੀਂ ਦੇਵਾਂਗੇ ਤੇ ਅਸੀਂ ਕਹਿੰਦੇ ਮਾਫੀ ਮੰਗਦੇ ਆ ਉਹ ਠੀਕ ਹੈ ਐਕਸੈਪਟੇਬਲ ਹੈ ਤੁਹਾਡੇ ਵੱਲੋਂ ਮਾਫੀ ਜਿਹੜੇ ਮੰਗੀ ਮੈਂ ਆਪਣੇ ਆਪ ਨੂੰ ਜਦ ਮੈਂ ਕੋਈ ਗਲਤੀ ਕਰੂੰਗਾ ਤਾਂ ਮੈਂ ਬਚਣ ਲਈ ਬਹੁਤ ਕੁਝ ਕਰੂੰਗਾ ਜੀ ਇਹਦਾ ਤੁਸੀਂ ਵੀ ਮੰਨਦੇ ਹੋ ਨਾ ਬਈ ਆਪਾਂ ਬਚਣ ਲਈ ਬਹੁਤ ਕੁਝ ਕਰਾਂਗੇ ਉਹ ਵੀ ਉਹ ਕਰ ਰਹੇ ਨੇ ਆਪਣਾ ਉਹਨਾਂ ਦੇ ਜਿਹੜੇ ਫੈਨ ਨੇ ਉਹ ਵੀ ਬਈ ਟੁੱਟ ਰਹੇ ਨੇ ਅਗਲੇ ਤੋਂ ਅਗਲੇ ਨੂੰ ਤਾਂ ਲਿਖਣਾ ਹੀ ਲਿਖਣਾ ਜੀ ਜੇ ਉਹ ਰਾਤੇ ਖੜਦੇ ਉਹ ਇਹ ਕਿਹੜਾ ਇਹਨਾਂ ਦੇ ਕਿਹੜਾ ਹੱਥਾਂ 'ਚ ਕੋਈ ਕੁਝ ਹੈਗਾ ਸੀਗਾ ਰਾਤੇ ਖੜ ਕੇ ਜੋ ਵੀ ਸੀ ਰਾਤੇ ਕਲੀਅਰ ਹੋ ਸਕਦਾ ਸੀਗਾ ਰਾਤੇ ਸਿੱਧੂ ਉਹਰੇ 10 ਮਿੰਟ ਖੜ ਜਾਂਦਾ ਵੀ ਮੈਂ ਤੁਹਾਡੇ ਨਾਲ ਆ ਜੀ ਆ ਖੜੇ ਸਕਿਉਰਿਟੀ ਵਾਲੇ ਵੀ ਇਹਨਾਂ ਤੋਂ ਮਾਫੀ ਮੰਗਾਉਂਦੇ ਨੇ ਰਾਤੇ ਗੱਲ ਖਤਮ ਹੁੰਦੀ ਸੀ ਇੱਡੀ ਤਾਂ ਗੱਲ ਬਦਣੀ ਵੀ ਨਹੀਂ ਸੀਗੀ ਮਤਲਬ ਉਹਨਾਂ ਨੇ ਗੱਲ ਬਦਾਲੀ ਭੱਜ ਗਏ ਹਾਂਜੀ ਹਾਂਜੀ ਆ ਸਾਰੇ ਭੱਜ ਕੇ ਗਏ ਨੇ ਸਕਿਉਰਿਟੀ ਵਾਲੇ ਲੱਗ ਪਜਾਦੇ ਮੈਂਬਰ ਲੈ ਗਏ ਇੱਧਰ ਨੂੰ ਨਹੀਂ 10 ਮਿੰਟ ਓਰੀ ਖੜਾਉਂਦੇ ਜਿਨ੍ਹਾਂ ਨੇ ਐਡਾ ਬੜਾ ਪ੍ਰੋਗਰਾਮ ਕਰਾ ਰਹੇ ਨੇ ਕਿਤੇ ਉਹ ਬੰਦੇ ਰੋਕ ਨਹੀਂ ਸਕਦੇ ਕਿਤੇ ਉਹ ਬੰਦਿਆਂ ਕੋ ਬੰਦਿਆਂ ਨੰਬਰ ਨਹੀਂ ਹੋਣਗੇ ਆਪਾਂ ਛੋਟਾ ਜਿਹਾ ਜਾਗਰਤਾ ਕਰਾਉਨੇ ਆ ਜਾਂ ਕੋਈ ਹੋਰ ਕੁਝ ਕਰਾਉਨੇ ਆ ਆਪਣੇ ਕੋ ਸਭ ਦੇ ਨੰਬਰ ਹੁੰਦੇ ਨੇ ਨਾ A to Z ਨੰਬਰ ਤਾਂ ਬੰਦੇ ਦਾ ਹੁੰਦੀ ਆ ਉਹਦਾ ਨਹੀਂ ਉਹਦੇ ਘਰ ਜਾਂਦਾ ਨੰਬਰ ਮਿਲ ਜੂਗਾ ਬੰਦੇ ਨੂੰ ਇੰਨਾ ਕੁ ਦਾ ਚਾਹੀਦਾ ਨਾ ਵੀ ਨਾਲ-ਨਾਲ ਦੇ ਰਾਤ ਦੀ ਰਾਤ ਓਰੇ ਕਰ ਦਿੰਦੇ ਪੇ अच्छा ਕਿਨਾਂ ਦਾ ਕਮੇਟੀ ਦਾ ਕਮੇਟੀ ਵਾਲਿਆਂ ਦਾ ਹੀ ਗਾਇਕ ਤੇ ਬਾਂਸਰਾਂ ਨੂੰ ਭਜਾਉਣ ਦੇ ਵਿੱਚ ਪੂਰੀ ਦੁਸ਼ਹਿਰਾ ਕਮੇਟੀ ਦਾ ਹੱਥ ਆ ਜੀ ਇਹ ਖੁਦ ਇਹਨਾਂ ਨੇ ਲੈ ਕੇ ਉਰੇ ਕੱਢੇ ਨੇ ਜੀ ਠੀਕ ਹੈ ਖੇਤਾਂ ਦੇ ਵਿੱਚ ਹੀ ਭਜਾਏ ਨੇ ਇਹਨਾਂ ਨੇ ਬਲਕਿ ਇਹਨਾਂ ਨੂੰ ਉਰੇ ਖੜਨਾ ਚਾਹੀਦਾ ਸੀ ਅੱਜ ਵੀ ਸਾਡਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਸਵੇਰ ਦੇ ਸਾਨੂੰ ਪਹਿਲਾਂ 10 ਵਜੇ ਦਾ ਟਾਈਮ ਦਿੱਤਾ ਹੁਣ 4 ਵਜੇ ਦਾ ਦੇ ਗਈ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਅਸੀਂ ਬਾਅਦ ਵਿੱਚ ਅਸੀਂ ਆਪਣਾ ਉਹ ਕਰਾਂਗੇ ਬਿਲਕੁਲ ਇਹ ਪੀੜਤ ਨੇ ਬਈ ਹੋਰਾਂ ਨੇ ਕੰਪਲੇਂਟ ਜਿਹੜੀ ਆ ਉਹ ਦਿੱਤੀ ਹੈ ਜਿਦੇ ਵਿੱਚ ਕਮੇਟੀ ਵਾਲਿਆਂ ਦੇ ਨਾਮ ਲਿਖੇ ਗਏ ਨੇ ਗੁਲਾਬ ਸਿੱਧੂ ਦਾ ਲਿਖਿਆ ਆ ਉਹਦੀ ਟੀਮ ਦਾ ਲਿਖਿਆ ਹੈ ਕਿ ਇਹ ਬੰਦੇ ਸੀਗੇ ਇਹਨਾਂ ਨੇ ਬਤਸਲੂਕੀ ਕੀਤੀ ਹੈ ਇਹ ਹੁਣ ਇਹ ਕਹਿ ਰਹੇ ਨੇ ਕਿ ਜੋ ਕੁਝ ਹੋਇਆ ਸਾਰਾ ਕੁਝ ਇਸ ਦੀ ਮਾਫੀ ਇੱਕੋ ਹੀ ਹੈ ਕਿ ਇੱਥੇ ਆਣ ਇਸੇ ਥਾਂ ਦੇ ਉੱਤੇ ਆਣ ਜਿੱਥੇ ਸਟੇਜ ਸੀਗੀ ਉੱਥੇ ਖੜ ਕੇ ਮਾਫੀ ਮੰਗਣ ਪੈਰੀ ਹੱਥ ਲਾਉਣ ਇਹ ਕਹਿੰਦੇ মিডিਆ ਦੇ ਸਾਹਮਣੇ ਸਾਰਾ ਕੁਝ ਹੋਏਗਾ ਬਈ ਨੇ ਬਈ ਜਿਵੇਂ ਕੰਪਲੇਂਟ ਲਿਖੀ ਹੈ ਸਾਰਾ ਕੁਝ ਲਿਖਿਆ ਤੁਹਾਨੂੰ ਕੀ ਲੱਗਦਾ ਕਿ ਕੰ ਮੇਰੇ ਕਾਰਵਾਈ ਦਾ ਸਾਨੂੰ ਤਾਂ ਉਮੀਦ ਆ ਪ੍ਰਸ਼ਾਸਨ ਤੇ ਵਿਸ਼ੇਸ਼ ਤੋਸ਼ੀਤੀ ਹੋਣੀ ਚਾਹੀਦੀ ਆ ਕਿਉਂਕਿ ਇਸ ਤੋਂ ਬਿਨਾ ਸਾਡੇ ਹੱਥ ਪਾਸੇ ਹੀ ਆ ਵੀ ਅਸੀਂ ਐਸਬੀਸੀ ਕੋਲ ਜਾ ਸਕਦੇ ਆ ਅਸੀਂ ਸਿੱਖ ਜੰਦੇਵੰਦੀਆਂ ਨਾਲ ਸੰਪਰਕ ਕਰ ਸਕਦੇ ਆ ਅਸੀਂ ਧਰਨੇ ਦੇ ਸਕਦੇ ਆ ਕਿਉਂਕਿ ਜੋ ਚੀਜ਼ ਹੋ ਗਈ ਉਹਦੀ ਮਾਫੀ ਤਾਂ ਹੈ ਨਹੀਂ ਕੋਈ ਸਾਡੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਠੇਸ ਪਹੁੰਚੀ ਆ ਸਾਡਾ ਤਾਂ ਵੀਰੇ ਮਰਨ ਹੋਇਆ ਪਿਆ ਬਿਲਕੁਲ ਜੇ ਗਲਾਬ ਸਿੱਧੂ ਨੂੰ ਇੰਨੇ ਜੀ ਜਦੋਂ ਉੱਥੇ ਧੱਕਾ ਭਜਿਆ ਉਹਨੂੰ ਪਤਾ ਚੱਲ ਗਿਆ ਇਸ ਸਟੇਜ ਤੇ ਵੀ ਹਾਂ ਵੀ ਬੰਦੇ ਦੇ ਪੱਗ ਲਹੀ ਆ ਸਹੀ ਹਾਂ ਕਹਿ ਵੀਰੇ ਸੀ ਬੋਲ ਵੀ ਬਰੇਸ ਬੋਲ ਵੀ ਰਹੇ ਸੀ ਉਦੋਂ ਕਿੱਥੇ ਸੀਗਾ ਉਦੋਂ ਉਹਨੇ ਕਿਉਂ ਨਹੀਂ ਪੁੱਛਿਆ ਵੀ ਬੰਦਾ ਕਿੱਥੇ ਆ ਉਹ ਬੰਦੇ ਕੋ ਕਿਉਂ ਨਹੀਂ ਕਿਹਾ ਹੂੰ ਬਿਲਕੁਲ ਕਮੇਟੀ ਆਈ ਆ ਕਮੇਟੀ ਨੇ ਕਚੇਰਾ ਸਾਰੇ ਬੰਦੇ ਭਜਾਏ ਆ ਬੌਂਸਰ ਭਜਾਏ ਆ ਗਲਾਬ ਸਿੱਧੂ ਜੀ ਇੰਨੇ ਡਰ ਸੀ ਉਹ ਆਪਣੀ ਫੋਰਚਨਰ ਵੀ ਛੱਡ ਕੇ ਭਜਿਆ ਗੱਡੀਆਂ ਵੀ ਛੱਡ ਕੇ ਭਜਿਆ ਸਾਰਾ ਕੁਝ ਛੱਡ ਕੇ ਭਜਿਆ ਚੱਲ ਸਾਰਾ ਕੁਝ ਹੋ ਗਿਆ ਸੀ ਉਹਨਾਂ ਨੂੰ ਐ ਡਰ ਸੀ ਜੇ ਇੱਥੇ ਡਰ ਉਹ ਜਾ ਕੇ ਕਿਸੇ ਥਾਣੇ 'ਚ ਪੇਸ਼ ਹੋ ਜਾਂਦੇ। ਥਾਣੇ 'ਚ ਤਾਂ ਨਹੀਂ ਕੋਈ ਡਰ ਸੀਗਾ? ਹੂੰ ਬਿਲਕੁਲ। ਉੱਥੇ ਹੁੰਦਾ ਵੀ ਹਾਂ ਵੀ ਸਾਤੋਂ ਆਹ ਗਲਤੀ ਹੋ ਗਈ ਵੀ ਸਾਨੂੰ ਉੱਥੇ ਜਾਣ ਦਾ ਖਤਰਾ ਹੀ ਜੇ ਤਾਂ ਉਹਨਾਂ ਨੂੰ ਇੰਨਾ ਲੱਗਦਾ ਸੀਗਾ ਵੀਰੇ। ਹੂੰ ਹੂੰ ਹੂੰ। ਵੀ ਚਲ ਇਕੱਠਾ ਰਾਸ਼ਾ ਉੱਥੇ ਰੋਸ ਹੋ ਸਕਦਾ। ਬਿਲਕੁਲ। ਉਹ ਥਾਣੇ 'ਚ ਪੇਸ਼ ਹੋ ਜਾਂਦੇ। ਉਹ ਕੱਲ ਦੇ 4:00 ਵਜੇ ਸ਼ਾਮ ਦੇ 24 ਘੰਟੇ ਹੋ ਗਏ। ਉਹ ਅਜੇ ਤੱਕ ਅਜੇ ਤੱਕ ਪੇਸ਼ ਨਹੀਂ ਹੋਏ ਕਿਤੇ। ਹੋਏ ਤਾਂ ਦਵਾ। ਇਹ ਵੀ ਨਹੀਂ ਹੋਏ। ਨਾ ਇੱਥੇ ਹੋਏ ਨਾ ਕਿਸੇ ਹੋਰ ਪਾਸੇ। ਵੀਰੇ ਰਾਤ ਸਾਢੇ ਕੋ ਗੁਰਕੀਰ ਸਿੰਘ ਕੋਟਲੀ ਜੀ ਆਏ ਸੀ। ਜਦਵਿੰਦਰ ਸਿੰਘ ਜਾਦ ਔਰ ਕਿਹੜਾ ਸੀ ਇੱਕ ਰੋਸ਼ਾ ਸੀਗਾ ਇੱਕ ਆਪਣੇ ਕੋ ਮਸੀ ਕਮੇਟੀ ਦਾ ਪ੍ਰਧਾਨ ਕਿਹੜਾ ਸੀ ਕਾਉਂਸਲਰ ਸੀਗਾ ਲੱਧੜ ਵੀ ਆਇਆ ਸੀਗਾ ਲੱਧੜ ਵਾਲੇ ਇਹ ਸਾਰੇ ਆਏ ਸੀ ਇਹ ਰਾਤ ਸਾਨੂੰ ਕਮੇਟੀ ਮੈਂਬਰ ਕਹਿੰਦੇ ਸੀ ਸਵੇਰੇ 10 ਵਜੇ ਪਹੁੰਚਾਂਗੇ ਸਾਡੀ ਸਵੇਰ ਦੀ ਰੋਸ਼ਾ ਜੀ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਸਾਡਾ ਕਿਤੇ ਐਕਸੀਡੈਂਟ ਹੋ ਗਿਆ ਕਹੇ ਭਾਈ ਉੱਥੇ ਚਲੇ ਗਏ ਜਾਦੂ ਵੀਰੇ ਦੇ ਘਰੇ ਫੰਕਸ਼ਨ ਸੀ ਉਹ ਕਹਿੰਦਾ ਮੈਂ ਘੰਟਾ ਲੈ ਉਹ ਵੀ ਆਇਆ ਗੁਰਕੀਰਤ ਕੋਟਲੀ ਵੀ ਆਇਆ ਜੀ ਪਰ ਉਦੋਂ ਬਿਨਾਂ ਕੋਈ ਕਮੇਟੀ ਮੈਂਬਰ ਨਹੀਂ ਆਇਆ ਇਰੇ ਕਹਿੰਦੇ ਸੀ ਅਸੀਂ ਆਵਾਂਗੇ ਕੋਈ ਆਏ ਨਾ ਪ੍ਰਧਾਨ ਆਇਆ ਨਾ ਰਿੱਕੀ ਪ੍ਰਧਾਨ ਆਇਆ ਨਾ ਸਭ ਸੁੱਚ ਬੰਦ ਕਰੀ ਬੈਠੇ ਨੇ ਲਾਰੇ ਤੇ ਲਾਰਾ ਲਾ ਰਹੇ ਨੇ ਲਾਰੇ ਤੇ ਲਾਰਾ ਲਾ ਰਹੇ ਨੇ ਜੇ ਇੰਨੀ ਸੱਚੇ ਸੀ ਵੀਰੇ ਪੇਸ਼ ਹੁੰਦੇ ਤੁਸੀਂ ਤਾਂ ਆ ਕੇ ਖੜਦੇ ਹੂੰ ਬਿਲਕੁਲ ਅੱਛਾ ਭਾਈ ਕਈ ਜਿਵੇਂ ਤੁਹਾਨੂੰ ਥੋੜਾ ਜਿਹਾ ਇਤਰਾਜ਼ ਸੀਗਾ ਕਿ ਕਈ মিডিਆ ਨੇ ਚਲਾਇਆ ਖਬਰਾਂ ਚਲਾਈਆਂ ਤੇ ਵੀ ਆਪ ਗਏ ਫੋਟੋ ਖਚਾਨ ਲਈ ਜਾ ਰਹੇ ਸੀਗੇ ਬੌਂਸਰਾਂ ਨੇ ਧੱਕਾ ਮਾਰ ਦਿੱਤਾ ਉਲਟਾ ਇਹਨਾਂ ਦਾ ਕਹਿੰਦੇ ਫੇਸ ਨਹੀਂ ਬਲਰ ਕੀਤਾ ਇਸ ਤਰੀਕੇ ਨਾਲ ਕੀ ਕੇਸਾਂ ਦੀ ਬੇਅਦਬੀ ਤਾਂ ਇੱਥੇ ਹੋਈ ਹੋਈ ਉਲਟਾ ਉਹ ਦਿਖਾ ਰਹੇ ਸੀਗੇ ਵਾਰੀ ਵਾਰੀ ਉਹਦਾ ਵੀ ਤੁਹਾਨੂੰ ਰੋਸ ਸੀਗਾ ਉਹ ਰੋਸ ਕਿਉਂ ਹੈ ਤੁਹਾਡੇ ਚ ਕਿਉਂਕਿ ਪਤਾ ਕੀ ਹੈ ਇੱਕ ਜਿਹੜਾ ਦਸਤਾਰ ਆ ਆਪਣੀ ਨਾ ਆਪਣੀ ਇੱਜ਼ਤ ਉਹੀ ਆ ਸਭ ਉਸ ਤੋਂ ਉੱਪਰ ਸਾਨੂੰ ਕੁਝ ਵੀ ਨਹੀਂ ਹੈਗਾ ਠੀਕ ਆ ਉਹ ਘੱਟੋ ਘੱਟ ਜਿਹੜਾ ਮੀਡੀਆ ਦਿਖਾ ਰਿਹਾ ਸੀ ਨਾ ਉਹਨੂੰ ਇਹ ਚਾਹੀਦਾ ਸੀ ਘੱਟੋ ਘੱਟੋ ਫੇਸ ਬਲਰ ਕਰ ਦਿੰਦਾ ਵੀ ਚਲੋ ਬਿਨਾਂ ਦਸਤਾਰ ਤੋਂ ਬੰਦਾ ਨੰਗੇ ਸਿਰਾਂ ਨੰਗੇ ਸਿਰ ਤਾਂ ਗੁਰਦੁਆਰੇ ਵੀ ਨਹੀਂ ਜਾਂਦੇ ਠੀਕ ਆ ਉਹਨਾਂ ਨੂੰ ਇਹ ਚਾਹੀਦਾ ਸੀਗਾ ਇਸ ਕਰਕੇ ਸਾਨੂੰ ਉਹ ਤਰਾਜ ਹੈਗਾ ਉਸ ਦੀ ਤੁਸੀਂ ਕੋਈ ਕਾਰਵਾਈ ਕਰੋਗੇ ਉਹ ਮੀਡੀਆ ਦਾਰੇ ਨਾਲ ਗੱਲਬਾਤ ਕਰੋਗੇ ਕਿ ਵੀ ਇਸ ਦੇ ਉੱਤੇ ਥੋੜਾ ਧਿਆਨ ਦਿੱਤਾ ਜਾਵੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਅਸੀਂ ਤੁਹਾਡੇ ਥਰੂ ਇਹ ਕਹਿਣਾ ਚਾਹੁੰਦੇ ਆਂ ਆ ਵੀ ਅੱਗੇ ਤੋਂ ਹੁਣ ਤਾਂ ਚਲੋ ਉਹਨੇ ਕਰਤਾ ਇਸ ਨੂੰ ਡੀਲੀਟ ਕੀਤਾ ਜਾਵੇ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਵੀ ਉਹ ਇਸ ਤਰ੍ਹਾਂ ਦਾ ਕੋਈ ਵੀ ਵਿਊ ਪੇਸ਼ ਨਾ ਕਰੇ ਹੂੰ ਬਿਲਕੁਲ ਤਾਂ ਅਸੀਂ ਆਖਿਰਲਾ ਬਜ਼ੁਰਗਾਂ ਤੋਂ ਹੀ ਲੈਣਾ ਚਾਹਾਂਗੇ ਬੱਪੂ ਜੀ ਹੁਣ ਤੁਸੀਂ ਇਸ ਚੀਜ਼ ਦੇ ਉੱਤੇ ਕਾਰਵਾਈ ਕਰਵਾ ਕੇ ਹਟੋਗੇ ਇੱਥੇ ਬੁਲਾਓਗੇ ਇਸੇ ਸਟੇਜ ਦੇ ਕੋਲ ਜਿੱਥੇ ਤਾਨੂੰ ਕਿਹਾ ਜਾ ਰਿਹਾ ਵਾਰੀ ਵਾਰੀ ਕਿ ਤੁਸੀਂ ਉੱਤੇ ਜਾ ਰਹੇ ਸੀਗੇ ਇੱਥੇ ਬੁਲਾਓਗੇ ਕਿ ਵੀ ਇੱਥੇ ਆ ਕੇ ਮਾਫੀ ਮੰਗੇ ਜਾਂ ਕੀ ਚੀਜ਼ ਹੈ ਉਰੇ ਹੀ ਬੁਲਾਵਾਂਗੇ ਜੀ ਉਰੇ ਉਰੇ ਕਾਂਡ ਹੋਇਆ ਉਰੇ ਹੀ ਬੁਲਾਵਾਂਗੇ ਲਾਈਵ ਮਾਫੀ ਮੰਗਾਈ ਇਸ ਤੋਂ ਇਲਾਵਾ ਹੋਰ ਕੁਝ ਨਹੀਂ 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 ਉਰੇ ਹੀ ਬੁਲਾਵਾਂਗੇ ਸਾਰੇ ਉਰੇ ਕਾਂਡ ਹੋਇਆ ਜਿਹੜੀ ਜਗ੍ਹਾ ਤੇ ਕਾਂਡ ਹੁੰਦਾ ਆਪਾਂ ਉੱਥੇ ਹੀ ਕੰਮ ਸੋਹਣਾ ਲੱਗਦਾ ਹੁੰਦਾ ਹਾਂਜੀ ਹਾਂ ਜਿਵੇਂ ਤੁਸੀਂ ਕਹਿ ਰਹੇ ਸੀ ਕਿ 4 ਵਜੇ ਐਸਐਸਪੀ ਨੇ ਬੁਲਾਇਆ ਉਧਰ ਡੀਐਸਪੀ ਨੇ ਉਹ ਉੱਥੇ ਜਾਵਾਂਗੇ ਇੱਥੇ ਉਹ ਡੀਐਸਪੀ ਸਾਹਿਬ ਕਹਿੰਦੇ ਉਰੇ ਹੀ ਲੈ ਕੇ ਆਵਾਂਗੇ ਅਸੀਂ ਉਰੇ ਉਰੇ ਹੀ ਬੁਲਾਉਣਨੇ ਆ ਅਸੀਂ ਅਸੀਂ ਥਾਣੇ ਨਹੀਂ ਜਾਣਾ ਅਸੀਂ ਉਰੇ ਉਰੇ ਕਾਂਡੋ ਹੈ ਉਰੇ ਹੀ ਥਾਰਨ ਫੈਸਲਾ ਉਰੇ ਹੀ ਹੋਊਗਾ ਅਸੀਂ ਕੱਲ ਸਿਕਿਉਰਟੀ ਆਊਗੀ ਕਿ ਜੇ ਨਾਲ ਗੁਲਾਬ ਸਿੱਧੂ ਵੀ ਆਊਗਾ ਉਹ ਵੀ ਬੁਲਾਉਣਾ ਜੀ ਉਹ ਗੁਲਾਬ ਸਿੱਧੂ ਵੀ ਬੁਲਾਵਾਂਗੇ ਅਖੀਰ ਨੂੰ ਜਾਂ ਜਾਂਸੀ ਸਾਰੀ ਡਿਪਾਰਟਮੈਂਟ ਨਹੀਂ ਪੂਰੀ ਹੁੰਦੀ ਜੀ ਜਾਂਥੇ ਦੀ ਫੈਸਲਾ ਨਹੀਂ ਕੋਈ ਹੈਗਾ ਸਾਡਾ ਅਸੀਂ ਪੂਰੇ ਕਮੇਟੀ ਮੈਂਬਰ ਨੇ ਜੋ ਪ੍ਰਧਾਨ ਹਨ ਜੋ ਇਸ ਤਰੀਕ ਦਿਸ਼ ਜੋ ਵੀ ਕਮੇਟੀ ਪ੍ਰਧਾਨ ਸੀ ਅਮੀਸ਼ ਕਾਲਯਾਰ 21 ਸ਼ਰਮਾ ਅਨਿਸ਼ ਅਨਿਲ ਸ਼ੋਕਲਾ ਸੁਨੀਲ ਸ਼ਰਮਾ ਵਿਕਾਸ ਮਹਿਤਾ ਅਮਨ ਕਟਾਰੀਆ ਸੁਧੀਰ ਜੋਸੀ ਅਨਮੋਲ ਪੁਰੀ ਹਰਜੀਤ ਬਾਟਿਆ ਤੇ ਆਪਣੇ ਹਨੀ ਰੋਸ਼ਾ ਜੀ ਮਤਲਬ ਇਹ ਇਹ ਸਾਰਿਆਂ ਨੂੰ ਇੱਥੇ ਬੁਲਾਉਂਗੇ ਤੇ ਜਿਹੜੇ ਮਾਫੀ ਮੰਗੀ ਜਾਕਰ ਹਾਂਜੀ ਕੱਲ ਜਾਂ ਕਾਂਡ ਹੋਇਆ ਕੱਲ ਇੱਥੇ ਉਦੋਂ ਵੀ ਇੱਥੇ ਸੀਗੇ ਜਦ ਹੁਣ ਮਾਫੀ ਮੰਗੀ ਜਾਵੇ ਉਦੋਂ ਵੀ ਕਮੇਟੀ ਇੱਥੇ ਸਾਨੂੰ ਚਾਹੀਦੀ ਆ ਹਾਂਜੀ ਇਹ ਇੱਕ ਇਹ ਵੀ ਗੱਲ ਨਿਕਲੀ ਕਿ ਇਸ ਜ਼ਮੀਨ ਦਾ ਕਹਿੰਦੇ ਵੀ ਉਹ ਵੀ ਦਿੱਤਾ ਗਿਆ ਰੈਂਟ ਵੀ ਦਿੱਤਾ ਗਿਆ ਇਹ ਵੀ ਕੁਝ ਹੈਗਾ ਐਵੇਂ ਦਾ ਕੁਝ ਵੀਰੇ ਜਿਹੜਾ ਬੰਦਾ ਕਹਿੰਦਾ ਸੀ ਤਾਂ ਕਹਿੰਨੇ ਆ ਮੂੰਹ ਤੇ ਆਓ ਹੂੰ ਗੱਲ ਕਰੋ ਜੇ ਦਿੱਤਾ ਤਾਂ ਦਬੋ ਪ੍ਰੂਫ ਕਿੱਥੇ ਆ ਹੂੰ ਕੋਸ਼ ਤਾਂ ਦਿੱਤਾ ਉਹ ਕਿਸੇ ਨਾ ਤਾਂ ਕਿਸੇ ਬੰਦੇ ਦਾ ਮੂਹਰੇ ਦਿੱਤਾ ਹੀ ਹੋਊਗਾ ਅਸੀਂ ਕਹਿੰਨੇ ਸਾਰੇ ਬੰਦੇ ਇਕੱਠੇ ਕਰਦੇ ਆ ਅਸੀਂ ਬਿਠਾਉਨੇ ਆ ਵੀ ਦੱਸੋ ਵੀ ਕਿਹਨੇ ਦਿੱਤਾ ਕਿਹਨੂੰ ਦਿੱਤਾ ਹੂੰ ਪਤਾ ਤਾਂ ਚੱਲੇ ਹੂੰ ਸਾਡੇ ਵੱਲੋਂ ਤਾਂ ਸਾਫ਼ ਆ ਵੀ ਅਸੀਂ ਤਾਂ 3 ਸਾਲ ਤੋਂ ਦੇ ਰਹੇ ਆ ਅਸੀਂ ਤਾਂ ਕੋਈ ਪੈਸਾ ਨਹੀਂ ਲਿਆ ਇਹ ਗੱਲ ਰਾਤ ਅਗਰਕੀਰ ਐਮ ਐਲ ਏ ਸਾਹਿਬ ਨੇ ਵੀ ਕਹੀ ਆ ਵੀ ਇਹ ਪੈਸਾ ਕੋਈ ਨਹੀਂ ਆ ਜਦਵਿੰਦਰ ਜਾਦੂ ਵੀਰੇ ਨੇ ਵੀ ਇਹ ਗੱਲ ਕਹੀ ਆ ਰਾਤ ਕੋਈ ਪੈਸਾ ਨਹੀਂ ਆ ਹੁਣ ਇਹ ਸਵੇਰੇ ਮੈਂਬਰ ਆਈ ਸੀ ਹਰਜੀਤ ਭਾਟੀਆ ਜੀ ਉਹਨਾਂ ਨੇ ਵੀ ਸਾਫ਼ ਗੱਲ ਕਹੀ ਆ ਵੀ ਕੋਈ ਪੈਸਾ ਨਹੀਂ ਦਿੱਤਾ ਸੀ ਬਿਲਕੁਲ ਤਾਂ ਇਹ ਭਈ ਹੋਰੀ ਪੀੜਤ ਨੇ ਤਾਂ ਇਹ ਦੱਸ ਰਹੇ ਨੇ ਕਿ ਜਿਸ ਤਿੱਕੇ ਨਾਲ ਰਾਤ ਇੱਥੇ ਸਾਰਾ ਕੁਝ ਹੋਇਆ ਇਹ ਪੈਸੇ ਦੀ ਵੀ ਗੱਲ ਜਿਹੜੀ ਹੁਣ ਐਂਡ ਤੇ ਹੋਈ ਆ ਕਹਿੰਦੇ ਸਾਡੇ ਜਿਹੜੇ ਜ਼ਮੀਨ ਆ ਇੱਥੇ 25 ਕਿੱਲਾਂ ਦਾ ਟੱਕ ਲੱਗਦਾ ਗਰੋੜਾਂ ਦੀ ਜ਼ਮੀਨ ਹੈ ਅਸੀਂ ਉਹਨਾਂ ਦੇ 2.5 ਲੱਖ ਦੇ ਉੱਤੇ ਥੋੜੀ ਬੈਠੇ ਹੋਏ ਹਾਂ ਅਸੀਂ ਆਏ ਸਾਲ ਫ੍ਰੀ ਦਿੰਨੇ ਆ ਤਾਂ ਗੁਲਾਬ ਸਿੱਧੂ ਹੋਰਾਂ ਨੇ ਜਿਹੜੀ ਮਾਫੀ ਮੰਗੀ ਉਸ ਦੇ ਉੱਤੇ ਵੀ ਇਹਨਾਂ ਦਾ ਸੀਗਾ ਕਿ ਜਦੋਂ ਉਦੋਂ ਸਾਰਾ ਕੁਝ ਕਾਰਾ ਹੋਇਆ ਉਦੋਂ ਕਿਉਂ ਭੱਜੇ ਉਦੋਂ ਕਿਉਂ ਗਏ ਹੁਣ ਕਮੇਟੀ ਨੂੰ ਵੀ ਇਹਨਾਂ ਨੇ ਕਿਹਾ ਕਿ ਇੱਥੇ ਆ ਕਿ ਮਾਫੀ ਮੰਗਣ ਗੁਲਾਬ ਸਿੱਧੂ ਨੂੰ ਕਿਹਾ ਸਾਰੀ ਟੀਮ ਨੂੰ ਕਿਹਾ ਹੁਣ ਮਾਫੀ ਮੰਗੀ ਜਾਂਦੀ ਹੈ ਜਾਂ ਨਹੀਂ ਬਾਕੀ ਗੁਲਾਬ ਸਿੱਧੂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਮਾਫੀ ਮੰਗੀ ਕਿ ਬਾਪੂ ਮੈਂ ਤੁਹਾਡੇ ਨਾਲ ਖੜਾ ਜਿਨ੍ਹਾਂ ਨੇ ਹਰਕਤ ਕੀਤੀ ਹੈ ਉਹਨਾਂ ਦੇ ਉੱਤੇ ਕਾਰਵਾਈ